ਐਸਾ ਲਾਲ ਜੀ ਜਿਹੜੀ ਭੂੰਡੀ ਹੈ, ਇਹਦਾ ਪ੍ਰਕੋਪ ਵੱਲਾਂ ਵਾਲੀਆਂ ਫਸਲਾਂ 'ਤੇ ਬਹੁਤ ਜ਼ਿਆਦਾ ਹੁੰਦਾ। ਕਰੇਲੇ ਨੂੰ ਛੱਡ ਕੇ ਲਗਭਗ ਹਰ ਫਸਲ 'ਤੇ ਇਹ ਨੁਕਸਾਨ ਕਰਦੀ ਆ। ਇਹਨੇ ਪੱਤੇ ਛਾਨਣੀ ਛਾਨਣੀ ਕਰੀ ਜਾਣੇ ਆ ਅਤੇ ਨੁਕਸਾਨ ਬਹੁਤ ਕਰਦੀ ਹੈ ਜੀ। ਜਿਹੜੇ ਫਾਰਮੂਲੇ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸੂੰਗਾ, ਕੈਮੀਕਲ ਵਾਲਾ ਫਾਰਮੂਲਾ ਤਾਂ 100% ਕਾਮਯਾਬ ਹੈ ਜੀ, ਕੋਈ ਚੱਕਰ ਨਹੀਂ। ਦੂਜਾ ਇੱਕ ਫਾਰਮੂਲਾ ਤੁਹਾਨੂੰ ਮੈਂ ਦੱਸੂੰਗਾ, ਉਹਦਾ ਫੀਡਬੈਕ ਤੁਸੀਂ ਜ਼ਰੂਰ ਦਿਓ ਵੀ ਤੁਹਾਨੂੰ ਉਹਦੇ ਰਿਜ਼ਲਟ ਕਿੱਦਾਂ ਦੇ ਮਿਲੇ, ਕਿੱਦਾਂ ਦੇ ਨਹੀਂ ਮਿਲੇ। ਜ਼ੀਰੋ ਖਰਚਾ ਜੀ ਉਸ ਫਾਰਮੂਲੇ 'ਤੇ, ਕੋਈ ਖਰਚਾ ਨਹੀਂ ਆਉਣਾ ਤੁਹਾਡਾ। ਅਤੇ ਜੇ ਤਾਂ ਇਸ ਵੀਡੀਓ ਨੂੰ ਯੂਟਿਊਬ 'ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਫੇਸਬੁੱਕ 'ਤੇ ਵੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਕਿਉਂਕਿ ਇਹ ਸਮੱਸਿਆ ਹਰ ਕਿਸੇ ਦੇ ਘਰ ਹੈਗੀ ਆ। ਜਿਹੜਾ ਵੀ ਖੇਤੀ ਕਮਰਸ਼ਲੀ ਕਰਦਾ ਜਾਂ ਕਿਸੇ ਨੇ ਘਰ 'ਚ 10 ਬੂਟੇ ਲਾਏ ਆ ਤਾਂ ਉਹਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਹੀ ਪੈਣਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਦੇਸੀ ਇਲਾਜ ਦੀ ਗੱਲ ਕਰਾਂਗੇ, ਕੈਮੀਕਲ ਵਾਲਾ ਇਲਾਜ ਹੈ ਜਿਹੜਾ ਆਪਾਂ ਅੱਗੇ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਇੱਕ ਤੁਸੀਂ ਕੰਮ ਕਰਨਾ ਹੈ ਜੀ, ਦੋ ਤਰੀਕੇ ਤੁਸੀਂ ਅਲੱਗ ਅਲੱਗ ਵਰਤ ਕੇ ਦੇਖਣੇ ਆ। ਇੱਕ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਜਿਹੜੀ ਲਾਲ ਮਿੱਟੀ ਹੁੰਦੀ, ਲਾਲ ਮਿੱਟੀ ਦਾ ਮਤਲਬ ਹੈ ਜਦੋਂ ਆਪਾਂ ਜ਼ਮੀਨ ਤੋਂ ਅੱਧੇ ਕੁ ਫੁੱਟ ਉੱਤੋਂ ਮਿੱਟੀ ਕਹੀ ਦੇ ਨਾਲ ਪਾਸੇ ਕਰ ਦਾਂਗੇ ਤਾਂ ਹੇਠਾਂ ਤੋਂ ਜਿਹੜੀ ਮਿੱਟੀ ਲਾਲ ਜਿਹੀ ਮਿੱਟੀ ਨਿਕਲ ਆਉਂਦੀ ਹੈ, ਉਹ ਤੁਸੀਂ 1 ਕਿਲੋ ਮਿੱਟੀ ਲੈਣੀ ਹੈ ਤਾਂ ਉਹਨੂੰ 10 ਲੀਟਰ ਪਾਣੀ ਦੇ ਵਿੱਚ ਘੋਲ ਦੇਣਾ। 1 ਕਿਲੋ ਮਿੱਟੀ ਨੂੰ 10 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਦੇਣਾ। ਜਦੋਂ ਉਹ ਤੁਹਾਡਾ ਪਾਣੀ ਅੱਧੇ ਪੌਣੇ ਘੰਟੇ ਬਾਅਦ ਘੰਟੇ ਬਾਅਦ ਨਿੱਤਰ ਜੇ ਤਾਂ ਉਹਦੀ ਤੁਸੀਂ ਇਹਦੇ 'ਤੇ ਸਪਰੇਅ ਕਰ ਦੇਣੀ, ਸਾਰਿਆਂ ਬੂਟਿਆਂ 'ਤੇ ਸਪਰੇਅ ਕਰ ਸਕਦੇ ਹੋ ਉਹਦੇ। ਉਹ ਵੀ ਕਈ ਜਗ੍ਹਾ 'ਤੇ ਉਹਦੇ ਰਿਜ਼ਲਟ ਸਾਨੂੰ ਚੰਗੇ ਦੇਖਣ ਨੂੰ ਮਿਲੇ ਆ, ਚਾਹੇ ਸੁੰਡੀ ਦੀ ਸਮੱਸਿਆ ਹੋਵੇ, ਚਾਹੇ ਲੀਫ ਮਾਈਨਰ ਦੀ ਸਮੱਸਿਆ ਹੋਵੇ, ਅਤੇ ਉਸ ਚੀਜ਼ ਦੇ ਰਿਜ਼ਲਟ ਸਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੇ ਆ ਜੀ। ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਉੱਪਰੋਂ ਉੱਪਰਲਾ ਪਾਣੀ ਪਾਉਣਾ ਹੈ, ਕਿ ਕੋਸ਼ਿਸ਼ ਇਹ ਕਰੋ ਕਿ ਹੇਠਾਂ ਜਿਹੜੀ ਮਿੱਟੀ ਆ ਉਹ ਬੈਠੀ ਰਹੇ, ਉਹ ਤੁਹਾਡੇ ਪੰਪ ਦੇ ਵਿੱਚ ਸਪਰੇਅ ਵਾਲੇ ਪੰਪਾਂ 'ਚ ਨਾ ਆਵੇ, ਸਿਰਫ ਉਸ ਮਿੱਟੀ ਦਾ ਜਿਹੜਾ ਨਿੱਤਰਿਆ ਜਿਹਾ ਪਾਣੀ ਉੱਪਰ ਆਇਆ ਉਸੇ ਪਾਣੀ ਦੀ ਵਰਤੋਂ ਆਪਾਂ ਕਰਨੀ ਹੈ। ਅਤੇ ਇਹਦਾ ਆਪਾਂ ਸਿੰਪਲ ਜੀ ਭਾਸ਼ਾ ਦੇ ਵਿੱਚ ਗੱਲ ਕਰਾਂਗੇ ਵੀ ਇਹਦਾ ਜੇ ਤੁਸੀਂ ਕੈਮੀਕਲ ਤਰੀਕੇ 'ਚ ਇਲਾਜ ਕਰਨਾ ਤਾਂ ਬਾਇਰ ਕੰਪਨੀ ਦੀ ਅਲਾਂਟੋ ਦਵਾਈ ਆਪਣੇ ਕੋਲ ਆਉਂਦੀ ਹੈ ਜੀ। ਇਹ ਦੇਖੋ ਉੱਡ ਗਈ, ਬਾਇਰ ਕੰਪਨੀ ਦੀ ਅਲਾਂਟੋ ਦਵਾਈ ਤੁਸੀਂ ਵਰਤ ਸਕਦੇ ਹੋ। ਪਹਿਲੀ ਸਪਰੇਅ ਤੁਸੀਂ ਸਿਰਫ 10 ml ਕਰਨੀ ਹੈ ਜੀ 20 ਲੀਟਰ ਪਾਣੀ ਦੀ, ਅਤੇ 1 ਹਫ਼ਤੇ ਬਾਅਦ ਤੁਸੀਂ 15 ml ਲੈ ਸਕਦੇ ਹੋ 20 ਲੀਟਰ ਪਾਣੀ 'ਚ, ਅਤੇ ਜੇ ਜ਼ਰੂਰਤ ਪੈਂਦੀ ਹੈ ਤਾਂ ਅਗਲੇ ਹਫ਼ਤੇ 20 ml ਲੈ ਸਕਦੇ ਹੋ 20 ਲੀਟਰ ਪਾਣੀ ਦੀ, ਠੀਕ ਹੈ ਜੀ। ਅਤੇ ਉਹਦੇ ਨਾਲ ਇਲਾਜ ਤੁਸੀਂ ਕਰ ਸਕਦੇ ਹੋ। ਕਿਸੇ ਵੇਲੇ ਕੋਈ ਮਿੱਤਰ ਬੇਲੀ ਘਰੇਲੂ ਫਾਰਮੂਲਾ ਪੁੱਛਦਾ ਤਾਂ ਬਹੁਤ ਮੁਸ਼ਕਲ ਕੰਮ ਹੈ, ਪਰ ਤੁਸੀਂ ਤਰੇਲ ਦੇ ਵਿੱਚ ਜਦੋਂ ਪੂਰੀ ਤਰੇਲ ਪਈ ਹੁੰਦੀ ਹੈ ਉਸ ਟਾਈਮ 'ਤੇ ਇਹਦੇ ਉੱਪਰ ਇਹ ਪਾਥੀਆਂ ਦੀ ਸਵਾਹ ਜਿਹੜੀ ਉਹ ਛਿੜਕ ਸਕਦੇ ਹੋ ਇਹ ਚੰਗੀ ਤਰ੍ਹਾਂ ਬਰੀਕ ਕਰਕੇ, ਅਤੇ ਉਹਦੇ ਨਾਲ ਕੁਝ ਹੱਦ ਤੱਕ ਤੁਹਾਡਾ ਬਚਾਅ ਹੋ ਸਕਦਾ। ਵੈਸੇ ਕੈਮੀਕਲ ਦੇ ਵਿੱਚ ਆਪਣੇ ਕੋਲ ਅਲਾਂਟੋ ਦਵਾਈ ਆਉਂਦੀ ਹੈ ਜੀ ਬਾਇਰ ਦੀ, ਥਾਈਕਲੋਰਪਰ ਟੈਕਨੀਕਲ ਹੈ, ਮੈਂ ਟੈਕਨੀਕਲ ਸਕਰੀਨ ਦੇ ਉੱਤੇ ਨਾਲ ਪਾ ਦੂੰਗਾ। ਉਹ ਟੈਕਨੀਕਲ ਕਿਸੇ ਵੀ ਹੋਰ ਕੰਪਨੀ ਦਾ ਵੀ ਲੈ ਕੇ ਵਰਤ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਰਿਕਮੈਂਡੇਸ਼ਨ ਨਹੀਂ ਹੈ ਜੀ ਇਹ, ਵਰਤਣੀ ਚਾਹੋ ਵਰਤ ਲਓ, ਨਹੀਂ ਵਰਤਣੀ ਚਾਹੋ ਤੁਹਾਡੀ ਆਪਣੀ ਇੱਛਾ ਹੈ। ਅਤੇ ਉਹਦੇ ਰਿਜ਼ਲਟ ਚੰਗੇ ਮਿਲਦੇ ਨੇ, ਇਹ ਦੇਖੋ ਜੀ ਇਹ ਮਰੀਆਂ ਵੀ ਪਈਆਂ ਹੋਈਆਂ ਲਾਗੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿ ਜਿੰਨਾ ਵੀ ਕਿਸਾਨ ਵੀਰਾਂ ਤੱਕ ਜਾਂ ਕਿਚਨ ਗਾਰਡਨਿੰਗ ਵਾਲਿਆਂ ਤੱਕ ਇਹ ਸਮੱਸਿਆ ਆ ਰਹੀ ਹੈ ਉਹ ਇਸ ਤਰੀਕਾ ਵਰਤ ਕੇ ਇਹ ਵਾਲਾ ਤਰੀਕਾ 'ਤੇ ਆਪਣੀ ਜਿਹੜੀ ਫਸਲ ਹੈ ਉਹ ਬਚਾ ਸਕਣ।